ਹੋਈ ਸੀ। ਅੱਲਾ ਫਰਮਾਣਗੇ 500 ਸਾਲ ਦੀਆਂ ਨਮਾਜ਼ਾਂ ਔਰ 500 ਸਾਲ ਦੇ ਰੋਜ਼ੇ ਇਹਦੇ ਤਰਾਜ਼ੂ ਵਿੱਚ ਰੱਖ ਕੇ ਤੇ ਵਜ਼ਨ ਕਰੋ, ਇਹਦਾ ਹਿਸਾਬ ਕਰੋ। ਇਹ ਬੰਦਾ ਕਹੇਗਾ ਯਾ ਅੱਲਾ ਇਹ ਕੀ ਕਿਹਾ ਈ, ਬਲ ਅਮਲੀ, ਬਲਕਿ ਮੇਰੇ ਅਮਲ, ਮੇਰੇ ਰੋਜ਼ੇ ਕਿੱਧਰ ਗਏ, ਮੇਰੀਆਂ ਨਮਾਜ਼ਾਂ ਕਿੱਧਰ ਗਈਆਂ, ਮੇਰਾ ਕਿਆਮ ਕਿੱਧਰ ਗਿਆ। ਅੱਲਾਹ ਮੈਂ ਤਾਂ ਗੁਨਾਹ ਕੀਤਾ ਹੀ ਕੋਈ ਨਹੀਂ, ਗੁਨਾਹ ਕਰਨਾ ਕੀ ਸੀ, ਗੁਨਾਹ ਦਾ ਮੌਕਾ ਹੀ ਕੋਈ ਨਹੀਂ ਸੀ। ਇਹ ਕਹਿੰਦਾ ਮੇਰੇ ਰੋਜ਼ੇ, ਮੇਰੀਆਂ ਨਮਾਜ਼ਾਂ। ਅੱਲਾਹ ਰੱਬੁਲ ਆਲਮੀਨ ਫਰਮਾਣਗੇ ਨਹੀਂ ਮੇਰੇ ਬੰਦੇ, ਮੈਂ ਐਲਾਨ ਕੀਤਾ ਹੈ, ਮੈਂ ਆਪਣੇ ਫਰਿਸ਼ਤਿਆਂ ਨੂੰ ਕਹਿ ਦਿੱਤਾ ਹੈ, ਮੇਰੇ ਇਸ ਬੰਦੇ ਨੂੰ ਮੇਰੀ ਰਹਿਮਤ ਨਾਲ ਮੇਰੀ ਜੰਨਤ ਪਹੁੰਚਾ ਦਿਓ। ਇਹ ਫਿਰ ਕਹਿੰਦਾ ਬਲ ਅਮਲੀ, ਮੇਰੇ ਅਮਲ ਕਿੱਥੇ, ਮੇਰੇ ਅਮਲਾਂ ਦੇ ਬਲ ਬੋਤੇ ਫੈਸਲਾ ਹੋਣਾ ਚਾਹੀਦਾ, ਮੈਂ ਬੜੀਆਂ ਨੇਕੀਆਂ ਕੀਤੀਆਂ। ਅੱਲਾ ਫਰਮਾਣਗੇ ਨਹੀਂ ਮੇਰੇ ਬੰਦੇ, ਮੇਰੀ ਰਹਿਮਤ ਨਾਲ। ਇਹ ਕਹਿੰਦਾ ਨਹੀਂ ਮੇਰੇ ਅਮਲ, ਫਿਰ ਮੇਰੇ ਅਮਲ। ਆ ਕਈ ਭਾਈ ਇੱਕ ਰੋਜ਼ਾ ਰੱਖ ਕੇ ਨਾ ਰੱਬ ਦੇ ਅਹਿਸਾਨ ਚਾੜੀ ਫਿਰਦੇ ਨੇ, ਤੇ ਕਈ ਰਾਤ ਨੂੰ ਕਿਆਮ ਕਰਕੇ ਰੱਬ ਤੇ ਬੜਾ ਅਹਿਸਾਨ ਚੜਾਈ ਫਿਰਦੇ ਨੇ। ਓ ਜੀ ਮੈਂ 2 ਕੁਰਾਨ ਪੜ੍ਹ ਲੈਣੇ, ਮੈਂ ਪੂਰੇ ਰਮਜ਼ਾਨ 'ਚ 5 ਕੁਰਾਨ ਖਤਮ ਕੀਤੇ ਨੇ, ਬੜਾ ਅਹਿਸਾਨ ਕੀਤਾ ਜੀ ਅੱਲਾਹ ਤੇ। ਅੱਲਾਹ ਅੱਲਾਹ ਆਜਜ਼ੀ ਵਾਲੀ ਦੌਲਤ ਨਸੀਬ ਫਰਮਾਏ। ਇਹ ਕਹਿੰਦਾ ਬਲ ਅਮਲੀ, ਅੱਲਾਹ ਮੇਰੇ ਅਮਲ। ਅੱਲਾਹ ਫਰਮਾਣਗੇ ਤੋਲੋ, ਇੱਕ ਤਰਾਜ਼ੂ ਵਿੱਚ 500 ਸਾਲ ਦੇ ਰੋਜ਼ੇ, ਦੂਸਰੇ ਤਰਾਜ਼ੂ ਅੰਦਰ ਅੱਲਾਹ ਰੱਬੁਲ ਆਲਮੀਨ ਫਰਮਾਣਗੇ ਇਹਦੀਆਂ ਅੱਖਾਂ ਰੱਖ ਦਿਓ। ਅੱਜ ਮੈਂ ਅੱਖਾਂ ਦਾ ਮੁੱਲ ਲੈਣਾ ਹੈ, ਮੈਂ ਅੱਖਾਂ ਦੀ ਕੀਮਤ ਪਾਉਣੀ ਹੈ। ਦੁਆ ਕਰੋ ਜਿਹੜੇ ਨਬੀਨੇ ਨੇ ਅੱਲਾਹ ਬੀਨਾ ਫਰਮਾ ਦੇ। ਅੱਲਾਹ ਰੱਬੁਲ ਆਲਮੀਨ ਫਰਮਾ ਦੇਣੇ ਅੱਖਾਂ ਦਾ ਮੁੱਲ, ਵਜ਼ਨ ਕੀਤਾ 5 ਸਾਲ ਦੀ ਇਬਾਦਤ, ਅੱਖਾਂ ਖਿੱਚ ਕੇ ਲੈ ਗਈਆਂ, ਬਾਕੀ ਜਿਸਮ ਬੋਲਿਆ, ਹੱਥ ਬੋਲੇ, ਚਿਹਰਾ ਬੋਲਿਆ। ਅੱਲਾ ਨੇ ਕਿਹਾ ਇਹ ਤਾਂ ਅੱਖਾਂ ਦਾ ਹਿਸਾਬ ਅਜੇ ਪੂਰਾ ਨਹੀਂ ਹੋਇਆ, ਬਾਕੀ ਜਿਸਮ ਦਾ ਹਿਸਾਬ ਵੀ ਲਿਆ। ਇਹ ਤੇਰੇ ਕੋਲ ਜਿਹੜਾ ਜਿਸਮ ਹੈ ਨਾ, ਇਹ ਤੇਰਾ ਨਹੀਂ, ਮੇਰੇ ਅੱਲਾ ਦੀ ਅਮਾਨਤ ਹੈ ਤੇਰੇ ਕੋਲ, ਇਹਨੂੰ ਐਵੇਂ ਜ਼ਾਇਆ ਨਾ ਕਰ। ਇੱਕ ਇੱਕ ਜਿਸਮ ਦਾ ਲੂਹ ਜਿਹੜਾ ਹੈ ਇਹ ਵੀ ਤੇਰੇ ਕੋਲ ਅਮਾਨਤ ਹੈ, ਇਹਦੇ ਅੰਦਰ ਖਿਆਨਤ ਨਾ ਕਰ, ਇਹ ਤੇਰਾ ਆਪਣਾ ਨਹੀਂ ਹੈ, ਇਹ ਅਮਾਨਤ ਹੈ। ਅੱਲਾ ਫਰਮਾਣਗੇ ਉਹ ਮੇਰੇ ਬੰਦੇ, ਤੇਰੀਆਂ 500 ਸਾਲ ਦੀਆਂ ਨੇਕੀਆਂ ਅੱਖਾਂ ਲੈ ਗਈਆਂ, ਬਾਕੀ ਜਿਸਮ ਦਾ ਹਿਸਾਬ ਦੇ। ਹੁਣ ਹਿਸਾਬ ਦੇ ਸਕਦਾ ਹੀ ਨਹੀਂ ਕੋਈ, ਦੇ ਸਕਦਾ ਹਿਸਾਬ ਅੱਲਾ ਨੂੰ? ਅੱਲਾ ਅੱਲਾ ਰੱਬੁਲ ਆਲਮੀਨ ਫਰਮਾਣਗੇ ਮੇਰੇ ਫਰਿਸ਼ਤਿਓ ਇਹਨੂੰ ਪਕੜ ਲਓ, ਜਹੰਨਮ ਵਾਸਲ ਕਰ ਦਿਓ। ਫਰਿਸ਼ਤਿਆਂ ਪਕੜਿਆ, ਜਹਾਨਾਂ ਦੀ ਤਰਫ ਘਸੀਟ ਰਹੇ ਨੇ, ਇਹ ਹੁਣ ਸ਼ੋਰ ਪਾ ਰਿਹਾ, ਕਹਿੰਦਾ ਯਾ ਰੱਬੀ, ਯਾ ਰੱਬੀ, ਯਾ ਰੱਬੀ, ਐ ਮੇਰੇ ਰੱਬ ਆਪਣੀ ਰਹਿਮਤ ਨਾਲ ਜੰਨਤ ਅਤਾ ਕਰ ਦੇ। ਅੱਲਾ ਰੱਬੁਲ ਆਲਮੀਨ ਫਰਮਾਉਂਦੇ ਨੇ ਵਾਪਸ ਲੈ ਆਓ ਵਾਪਸ। ਅੱਲਾ ਪਿਆਰ ਨਾਲ ਕਹਿੰਦੇ ਨੇ ਹੁਣ ਪਤਾ ਚੱਲਿਆ ਜੀ, ਹੁਣ ਮੇਰੀ ਰਹਿਮਤ ਦਾ ਪਤਾ ਚੱਲੇ। ਅੱਲਾ ਫਰਮਾਉਂਦੇ ਨੇ ਮਨ ਖਾਲਾ ਕਾ ਕੰਮ ਲੰਮ ਤਾਂ ਕੁਛ ਸਹੀ ਆ, ਇਹ ਮੇਰੇ ਬੰਦੇ ਮੈਨੂੰ ਇਹ ਦੱਸ, ਜਦੋਂ ਤੂੰ ਕੁਛ ਵੀ ਨਹੀਂ ਸੀ, ਤੂੰ ਕੁਛ ਵੀ ਨਹੀਂ ਸੀ, ਅਦਮ ਵਿੱਚੋਂ ਤੈਨੂੰ ਵਜੂਦ ਅੰਦਰ ਕੌਣ ਲੈ ਕੇ ਆਇਆ, ਤੇਰੇ ਹੱਥ ਕਿੰਨੇ ਬਣਾਏ, ਤੇਰੀਆਂ ਸੋਹਣੀਆਂ ਸੋਹਣੀਆਂ ਅੱਖਾਂ ਕਿੰਨੇ ਬਣਾਈਆਂ, ਪਿਆਰੀ ਜੀ ਨੱਕ ਕਿੰਨੇ ਬਣਾਈ, ਸੋਹਣੀ ਪਿਸ਼ਾਨੀ ਕਿੰਨੇ ਬਣਾਈ, ਚੱਲਣ ਵਾਸਤੇ ਕਦਮ ਕਿੰਨੇ ਅਤਾ ਕੀਤੇ, ਸੋਚਣ ਵਾਸਤੇ ਦਿਮਾਗ ਜੈਸੀ ਅੱਲਾ ਨੇ ਸੀਡੀ ਕਿੰਨੇ ਅਤਾ ਕੀਤੀ। ਕਹਿੰਦਾ ਯਾ ਰੱਬੀ ਅੰਤੀ, ਯਾ ਰੱਬੀ ਅੰਤਾਂ, ਯਾ ਰੱਬੀ ਅੰਤਾਂ, ਇਹ ਮੇਰੇ ਅੱਲਾ ਤੂੰ। ਅੱਲਾ ਫਰਮਾਉਂਦੇ ਨੇ ਮਨ ਕਵਾਕਾ, ਤੈਨੂੰ ਤਾਕਤ ਕਿੰਨੇ ਦਿੱਤੀ ਰੋਜ਼ੇ ਰੱਖਣ ਦੀ, ਅੱਲਾ ਜੀ ਤੂੰ ਦਿੱਤੀ ਨਮਾਜ਼ਾਂ ਪੜ੍ਹਨ ਦੀ ਤਾਕਤ ਕਿੰਨੇ ਦਿੱਤੀ, ਅੱਲਾ ਜੀ ਤੂੰ ਦਿੱਤੀ ਕਿਆਮ ਕਰਨ ਦੀ ਤਾਕਤ ਕਿੰਨੇ ਦਿੱਤੀ, ਅੱਲਾ ਜੀ ਤੂੰ ਅਤਾ ਕੀਤੀ। ਅੱਲਾ ਰੱਬੁਲ ਆਲਮੀਨ ਫਰਮਾਣਗੇ ਉਹ ਮੇਰੇ ਫਰਿਸ਼ਤਿਓ, ਮੇਰਾ ਬੰਦਾ ਮੰਨ ਗਿਆ ਮੇਰੀ ਰਹਿਮਤ ਨੂੰ, ਜਾ ਮੇਰੀ ਰਹਿਮਤ ਨਾਲ ਮੇਰੀ ਜੰਨਤ ਦਾਖਲ ਕਰਕੇ ਆ ਜਾ। ਅੱਲਾ ਦੀ ਰਹਿਮਤ ਤੋਂ ਬਗੈਰ ਚਾਰਾ ਨਹੀਂ, ਗੁਜ਼ਾਰਾ ਨਹੀਂ। ਫਰਮਾਇਆ ਵਮਾ ਅਰਸਲਨਾਕ ਇਲਾ ਰਹਿਮਤਲ ਲਿਲ ਆਲਮੀਨ।
حبیبی رحمت، فرمایا من صلی علیہ صلاتن واحدہ صلی اللہ علیہ بہا شرا، پیارے نبی فرما دینے جیڑا میرا امتی میرے تے درود پڑے گا اللہ 10 رحمتاں نازل کر دے گا، رمضان بھی رحمت، سلام بھی رحمت، اللہ دا قرآن بھی رحمت، ماہ رمضان بھی رحمت، میرا نبی سراپا ہے رحمت، میرے نبی دے درود پاک پڑھو اے بھی رحمت، اللہ اکبر، اللہ نے فرمایا وما ارسلناک الا رحمت للعالمین، کہ اللہ رب العالمین اپنی رحمت دا ذکر انج کردا ہے، فرمایا وایزا جا الذين يؤمنون بآياتنا فقل سلام عليكم كتب ربكم على نفسه الرحمة أنه من عمل منكم سوءا بجهالة ثم تاب من بعده وأصلح فإنه غفور رحيم، اللہ رب العالمین خوشخبریاں سنا رہے ہیں، فرمایا وایزا جا اکل ذین یؤمنون بآیاتنا فقل سلام علیکم کتب ربکم علی نفسہ الرحمن انہ من عمل منکم سوءا بجہالۃ ثم تاب من بعدہ واصلح فَإِنَّهُ غَفُورٌ رَّحِيمٌ، اللہ رب العالمین فرما دینے اے میرے پیارے پیغمبر جناب محمد صلی اللہ علیہ وسلم، میرے او بندے جڑے جہالت اندر کم کر کے آئے، کی مطلب پتہ نہیں سی شراباں پیندے رہے، پتہ نہیں سی زنا کردے رہے، پتہ نہیں سی چوریاں کردے رہے اور ڈاکے ماردے رہے، غیبتاں کردے رہے، چگلیاں کھاندے رہے، شرک پھیلاندے رہے، بیتاں کردے رہے، سارے کم جہالت اندر، انہاں گندے کم کیتے جہالت اندر، انہاں قتل بھی کر چھڈے جہالت اندر، انہاں ڈاکے بھی مار چھڈے جہالت اندر، بچیاں نو زندہ درگور کر چھڈیا، اللہ رب العالمین فرما دینے ہن او جہالت تو نکل آئے نے، انہاں اسلام نو قبول کیتا ہے، انہاں کلمہ پڑھیا ہے، انہاں میری توحید نو منیا ہے، میرے محبوب نو منیا ہے، سونیا میں اعلان کیتا ہے، انہاں واسطے اعلان کیتا ہے، اوے آن والے بندیو میں اپنی ذات تے تواڈے واسطے رحمت نو فرض قرار دے چھڈیا ہے، تواڈے تے میری رحمت ان فرض ہو گئی ہے، اللہ اکبر، اللہ نے کہ اللہ رب العالمین نے فرما دینے میں فرمایا میرے پیارے پیغمبر جناب محمد پھر کہہ دیو صلی اللہ علیہ وسلم اللہ زینا یقولون ربنا، او بندے جڑے اللہ کولو رحمت منگ دینے انہاں دا انداز کیڈا پیارا ہے، اللہ مینوں وی اللہ تینوں وی بناون دی توفیق نصیب فرما دے، فرمایا اللہ زینا یقولون ربنا ربنا ربنا، اینا پیارا جملہ اینا پیارا لفظ، آدم علیہ السلام فرما دینے ربنا ظلمنا انفسنا وان لم تغفر لنا وترحمنا لنکونن من الخاسرین، موسیٰ علیہ السلام فرما دینے ربی شرح لی، کوئی نبی کہندا ہے ربانا، کوئی نبی کہندا ہے ربی، کوئی نبی کہندا ربی حبلی من الصالحین، اللہ اکبر، اللہ والے کی کہندے ہیں اللہ زینا یقولون ربانا اننا آمنا فاغفر لنا ذنوبنا وقنا عذاب النار، فرمایا صابرین والصادقین والقانتین والمنفقین.